ਰੋਟੀ ਪਕਾਉਣ ਤੋਂ ਪਹਿਲਾਂ ਨਾ ਮੈਡਮਾਂ ਨੂੰ ਕਹਿ ਆਉਂਦੀ ਹਾਂ ਵੀ ਗਰਮ ਗਰਮ ਰੋਟੀ ਪਾ ਕੇ ਅਤੇ ਖਾ ਲਓ। ਇੰਨਾ ਕਿਤੇ ਕਰ ਹੀ ਸਕਦੀ ਹਾਂ ਨਾ, ਉਦੋਂ ਦੀ ਕਿਤੇ ਝਾਤੀ ਨਹੀਂ ਇਹਨਾਂ ਨੇ ਮਾਰ ਕੇ ਲਿਖੀ। ਇੱਦਾਂ ਵੀ ਭਲਾ ਬੰਦਾ ਕੀ ਬਿਮਾਰ ਆ ਜਿਹੜਾ ਉੱਠ ਕੇ ਰੋਟੀ ਵੀ ਨਹੀਂ ਪਾ ਕੇ ਖਾ ਸਕਦਾ ਭਲਾ। ਜੀਤਾ ਨਹੀਂ ਜੀਤਾ। ਹਾਂਜੀ ਦੀਦੀ। ਰੋਟੀ ਲੱਗੀ ਆ ਪਕਾਉਣ, ਮੈਂ ਤਾਂ ਉੱਠ ਕੇ ਖਾ ਪੀ ਲਓ ਹੁਣ। ਦੀਦੀ ਮੈਨੂੰ ਭੁੱਖ ਜੀ ਨਹੀਂ ਹੈਗੀ। ਹਾਏ ਹਾਏ, ਭੁੱਖ ਕਿਉਂ ਨਹੀਂ ਹੈਗੀ? ਖਰਾਬ ਤੇ ਤੇਰੀਆਂ ਅੱਖਾਂ ਹੋਈਆਂ ਵਾ, ਤੈਨੂੰ ਕਿਹੜਾ ਬੁਖਾਰ ਚੜਿਆ ਜਿਹੜੀ ਤੈਨੂੰ ਭੁੱਖ ਨਹੀਂ ਲੱਗਣ ਡਈ? ਰੋਟੀ ਪਾਣੀ ਖਾਏਂਗੀ, ਤਾਕਤ ਆਊਗੀ, ਇੱਦਾਂ ਕਮਜ਼ੋਰੀ ਆ ਜਾਣੀ ਆ। ਨਹੀਂ ਦੀਦੀ, ਮੇਰੀ ਤੁਸੀਂ ਰਹਿਣ ਦਿਓ, ਇਹਨਾਂ ਲਈ 4-5 ਫੁਲਕੇ ਲਾ ਦਿਓ। ਮੈਂ ਨਾ ਐਵੇਂ ਹੀ ਅੱਖਾਂ 'ਤੇ ਕਰਕੇ ਨਾ ਐਂ ਲੱਗਣ ਡਿਆ ਜਿੱਦਾਂ ਨਾਲ ਥੋੜ੍ਹਾ ਥੋੜ੍ਹਾ ਬੁਖਾਰ ਵੀ ਹੋ ਗਿਆ ਵਾ, ਅਤੇ ਭੁੱਖ ਜੀ ਨਹੀਂ ਲੱਗਣ ਡਈ ਮੈਨੂੰ। ਤੁਸੀਂ ਇਹਨਾਂ ਦੇ ਲਾ ਦਿਓ ਫੁਲਕੇ, ਅਤੇ ਮੈਂ ਦਾਰੂ ਪਾਇਆ ਵਾ ਅਤੇ ਇੱਕ ਹੋਰ ਪਾਉਣਾ 10 ਮਿੰਟਾਂ ਬਾਅਦ, ਅਤੇ ਮੈਂ ਜਿਹੜੀ ਹੋਰ ਲੰਮੇ ਪੈ ਲਾਂ। ਪਹਿਲੀ ਵਾਰੀ ਚਾਂਸ ਵੇਖਣ ਡਈ, ਅੱਖਾਂ ਖਰਾਬ ਆ ਅਤੇ ਭੁੱਖ ਨਹੀਂ ਲੱਗਣ ਡਈ। ਮੈਂ ਤਾਂ ਇੰਨੀ ਆ, ਵੇਖ ਲਾ ਹਲੇ ਵੀ ਆਲੂ ਮਟਰ ਬਣਾਏ ਬੜੇ ਸਵਾਦ। ਇੱਕ ਅੱਧੀ ਰੋਟੀ ਖਾਏਂਗੀ ਨਾ ਅਤੇ ਵੇਖੀ ਤੂੰ 3-4 ਰੋਟੀਆਂ ਖਾ ਲੈਣੀਆਂ। ਸਬਜ਼ੀ ਬੜੀ ਸਵਾਦ ਬਣਾਈ ਆ। ਨਹੀਂ ਦੀਦੀ ਕੋਈ ਨਹੀਂ, ਰਹਿਣ ਦਿਓ, ਹੁਣ ਮੈਂ ਸਵੇਰੇ ਖਾਵਾਂਗੀ। ਚੱਲ ਭੈਣਾ, ਤੇਰੀ ਮਰਜ਼ੀ ਫਿਰ। ਤੇਰਾ ਕੀ ਇਰਾਦਾ ਤੇਰੇ ਆਲੂ ਮਟਰਾਂ ਦੇ ਚੱਕਰਾਂ 'ਚ? ਮੈਂ ਆਪਣੇ ਬਰਗਰ ਦਾ ਸਵਾਦ ਵਿਗਾੜ ਲਾਂ, ਰੋਟੀ ਨਾ ਖਾਵਾਂਗੀ ਸਵੇਰ ਤੱਕ। ਮੈਨੂੰ ਆਉਂਦਾ ਤਾਂ ਰਹੇ ਕਿ ਡਕਾਰ ਤਾਂ ਆਉਂਦੇ ਰਹਿਣਗੇ ਬਰਗਰ ਦੇ। ਆਲੂ ਮਟਰ ਖਾਈ ਜਾ, ਰੋਜ਼ ਆਲੂ ਮਟਰ ਖਾਈ ਦੇ ਆ। ਹਾਂ ਵਿੱਕੀ। ਹਾਂਜੀ ਭਾਬੀ। ਆ ਪ੍ਰੀਤ ਨੂੰ ਵੀ ਠਾਲ, ਤੇ ਮੈਂ ਰੋਟੀ ਲੱਗੀ ਆ ਪਕਾਉਣ, ਤੇ ਨਾਲੇ ਖਾ ਲਓ ਦੋਵੇਂ ਜਾਣੇ। ਦੋਵਾਂ ਨੇ ਕੀ ਖਾਣੀ ਆ? ਮੈਨੂੰ ਤਾਂ ਲੱਗਦਾ ਇਹਨੇ ਖਾਣੀ ਨਹੀਂ, ਇਹਦਾ ਨਾ ਗੁੱਟ ਜਿਹਾ ਦੁਖੰਡਿਆ। ਅੱਛਾ, ਤੁਹਾਨੂੰ ਕਿੰਨੇ ਗਏ? ਮੈਂ ਰੋਟੀ ਨਹੀਂ ਖਾਣੀ, ਮੈਂ 5 ਫੁਲਕੇ ਖਾਣੇ ਆ, ਮੈਨੂੰ ਭੁੱਖ ਬੜੀ ਲੱਗੀ ਆ। ਚੱਲ ਠੀਕ ਆ, ਲੱਗੀ ਆ ਮੈਂ ਪਕਾਉਣ, 5 ਛੱਡ ਕੇ ਭਾਵੇਂ 10 ਖਾ ਲਾ ਮੇਰੀ ਵੱਲੋਂ। ਨਾਲੇ ਚੱਲ ਲਾਗੋ ਮੰਮੀ ਨੂੰ ਤੇ ਉਹ ਬਾਹਰ ਸੋਨੂੰ ਹੁਣਾਂ ਨੂੰ ਫੜਾ ਦੀ ਰੋਟੀ। ਨਹੀਂ ਨਹੀਂ ਦੀਦੀ, ਰੋਟੀ ਨਹੀਂ ਫੜਾਈ ਜਾਣੀ, ਮੈਂ ਝੂਠ ਨਹੀਂ ਬੋਲਣ ਦੀ, ਮੇਰਾ ਨਾ ਗੁੱਟ ਦੁਖਣ ਡਿਆ ਵਾ, ਤੋੜਨ ਦੀ ਤਾਈ ਮੈਂ ਸਿੱਧਾ ਜਿਹਾ ਰੱਖ ਕੇ ਪਈ ਆ ਲੰਮੀ। ਫੜਾਈ ਨਹੀਂ ਜਾਣੀ ਇਹਦੇ ਕੋਲ, ਤੇ ਖਾਦੀ ਵੀ ਨਹੀਂ ਜਾਣੀ ਇਹਦੇ ਕੋਲੋਂ ਅੱਜ। ਗੁੱਟ ਦੁਖਣ ਡਿਆ, ਪੁਰਕੀਆਂ ਕਿੱਦਾਂ ਪਾਉਣੀਆਂ ਤੋੜ ਤੋੜ ਕੇ ਮੂੰਹ 'ਚ? ਕਿਉਂ ਨਹੀਂ ਖਾਦੀ ਜਾਣੀ? ਜੇ ਮੇਰੇ ਕੋਲ ਨਹੀਂ ਖਾਦੀ ਜਾਣੀ ਤੇ ਤੁਸੀਂ ਮੈਨੂੰ ਖਵਾਲ ਦਿਓ। ਹਾਂ ਓਹੋ, ਮੈਂ ਤੈਨੂੰ ਖਵਾਲਾਂ? ਤੇ ਕਿਉਂ, ਤੁਸੀਂ ਮੈਨੂੰ ਖਵਾਲ ਨਹੀਂ ਸਕਦੇ ਰੋਟੀ? ਨਹੀਂ ਮੈਂ ਨਹੀਂ ਖਵਾਲਣੀ, ਜਾ ਕੰਮ ਕਰ ਜਾਵੇ। ਕਿਹੜੀ ਗੱਲੋਂ ਨਹੀਂ ਖਵਾਲਣੀ? ਉਦੋਂ ਤੇ ਬੜੀਆਂ ਮੂੰਹ 'ਚ ਪੁਰਕੀਆਂ ਪੈਣ ਡੀਆਂ ਸੀ ਕੈਮਰੇ ਦੇ ਸਾਹਮਣੇ, ਜਿੱਦਣ ਮੈਨੂੰ ਵਿਆਹਣ ਗਏ ਸੀ ਉਦੋਂ ਤੇ ਤੁਸੀਂ ਇੱਕ ਵਾਰੀ ਵੀ ਨਾ ਗਿਆ ਕਿ ਅਸੀਂ ਮੈਂ ਨਹੀਂ ਤੇਰੇ ਮੂੰਹ 'ਚ ਪੁਰਕੀਆਂ ਪਾਉਣੀਆਂ, ਉਦੋਂ ਤੇ ਸਾਰਿਆਂ ਦੇ ਸਾਹਮਣੇ ਸੀ। ਹੁਣ ਵੇਖ ਲਓ ਫਿਰ ਇੱਦਾਂ ਦੀਆਂ ਗੱਲਾਂ ਕਰਦੇ, ਫਿਰ ਇਹ ਤਾਂ ਚਾਹੁੰਦੇ ਹੋਣੇ ਕਿ ਇਹ ਭੁੱਖੀ ਰਵੇ ਤੇ ਇਹ ਮਰ ਜੇ ਤੇ ਮੇਰੇ ਗਲੋਂ ਲੱਥ ਜੇ। ਕਿਹੜੀ ਭਾਵ ਕਿਹੜੇ ਯੁੱਗ ਨੂੰ ਇਹ ਮੇਰੇ ਨਾਲ ਵਿਆਹੀ ਗਈ ਆ? ਮੈਨੂੰ ਸਾਰੀਆਂ ਪਤਾ ਤੁਹਾਡੀਆਂ ਨੀਤਾਂ ਨਾ, ਜੋ ਤੁਸੀਂ ਤੁਹਾਡੇ ਢਿੱਡ 'ਚ ਵਾ ਮੇਰੀਆਂ ਨੋਹਾਂ 'ਤੇ ਆ। ਉਹ ਸਾਹ ਲੈ ਲਾ, ਜਾਓ ਪਾਣੀ ਦਾ ਗਲਾਸ ਲਿਆਓ, ਸਾਹ ਚੜ ਗਿਆ ਹੋਣਾ ਗੱਲਾਂ ਕਰ ਕਰਕੇ। ਤੁਸੀਂ ਇੱਦਾਂ ਕਰੋ, ਥਾਲੀ 'ਚ ਰੋਟੀ ਪਾਓ, ਸਭ ਤੋਂ ਪਹਿਲਾਂ ਇਹਨੂੰ ਖਵਾ ਲਓ, ਬਾਅਦ 'ਚੋਂ ਆਪ ਖਾਇਓ, ਆ ਜਾਓ। ਨਹੀਂ ਦੀਦੀ, ਮੇਰੀ ਗੱਲ ਸੁਣ ਕੇ ਜਾ, ਜੇ ਹੁਣ ਲੜਾਈ ਸ਼ੁਰੂ ਕਰਕੇ ਗਏ ਜੇ ਨਾ, ਹੋਰ ਕੀ ਇਹ ਜੋ ਚਾਹੁੰਦੇ ਆ ਕਿ ਕਿਹੜਾ ਵੇਲਾ ਹੋਵੇ ਇਸ ਘਰੋਂ ਨਿਕਲ ਜੇ। ਮੈਂ ਕਿਹੜੇ ਵੇਲੇ ਕਿਹਾ ਤੁਹਾਨੂੰ? ਨਹੀਂ ਜੇ ਮੈਂ ਨਹੀਂ ਹੱਥ ਚੱਲਦਾ ਤੇ ਤਾਂ ਤੇ ਇਹਨਾਂ ਨੂੰ ਤੁਹਾਡੀ ਹਾਸਾ ਸੋਚਦਾ, ਹੱਸਦੇ ਰਹਿੰਦੇ ਹਰ ਵੇਲੇ, ਕੀ ਬਿਮਾਰ ਕਿਹੜੀ ਗੱਲ ਹੋ ਜਾਂਦੀ, ਆਪ ਨੀ ਬਣਾਏ ਬਿਮਾਰ ਹੁੰਦੇ। ਚੱਲ ਠੀਕ ਆ ਬਾਬਾ, ਤੂੰ ਰੌਣਕਾਂ ਤੋਂ ਡੈਬੀ ਆ, ਲਾਓ ਪ੍ਰਸਾਦੇ ਸਭ ਤੋਂ ਪਹਿਲਾਂ ਇਹਦੇ ਲਾਓ ਬਾਬਾ। ਗੱਲਾਂ ਵੇਖੋ ਕਿੱਦਾਂ ਕਰ, ਜਾਓ ਮੈਂ ਨੀ ਖਾਂਦੀ ਹੈਗੀ, ਠੀਕ ਹੈ ਨਾ? ਹੈਗੇ ਮੇਰੇ ਪੇਕੇ ਇੰਨੇ ਚੋਗੇ ਕਿ ਮੈਨੂੰ ਰੋਟੀ ਖਵਾ ਸਕਣਗੇ, ਉਹ ਮਰ ਨਹੀਂ ਗਏ ਹੈਗੇ। ਤੇ ਜਾ ਉੱਥੇ ਚੱਲ ਜਾ ਫਿਰ। ਨਹੀਂ ਗੱਲ ਤੇ ਰੋਟੀ ਦੀ ਆ, ਮੈਂ ਤਾਂ ਕਹਿਣ ਆਈ ਆ ਵੀ ਖਾ ਲਾ, ਤੇ ਤੂੰ ਕਿੱਧਰ ਨੂੰ ਗੱਲਾਂ ਲੈ ਕੇ ਤੁਰ ਪਈ ਆ? ਜਿਹਨੂੰ ਸਾਡੇ ਦੋਵਾਂ ਜੀਆਂ ਦੀ ਗੱਲ, ਤੁਹਾਡਾ ਫਰਜ਼ ਨਹੀਂ ਬਣਦਾ ਵਿੱਚ ਗੱਲ ਦੇ ਵਿੱਚ ਆਉਣ ਦਾ। ਐਵੇਂ ਕਿਉਂ ਦਿਮਾਗ? ਮੈਂ ਗੱਲ ਕਿਹੜੀ ਕਰ ਦਿੱਤੀ ਆ? ਨਹੀਂ ਚਲੋ ਭਾਬੀ ਤੁਸੀਂ ਜਾਓ, ਰੋਟੀ ਭਾਬੀ ਨੇ ਬੜੀ ਜਲਦੀ ਸਾਈਡ ਲੈਣੀ ਹੁੰਦੀ, ਕਦੀ ਮੇਰੀ ਵੀ ਸਾਈਡ ਲੈ ਲਿਆ ਕਰ। ਕੋਈ ਨਹੀਂ, ਮੈਂ ਕਰਦੀ ਆ ਗੱਲ ਹੁਣੇ ਮੰਮੀ ਦੇ ਨਾਲ। ਕਰ ਲਾ, ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ, ਉਹਦੇ ਮੈਨੂੰ ਪਤਾ ਲੱਗ ਗਿਆ ਸਾਰੇ ਟੱਬਰ ਦਾ, ਕਿੱਥੋਂ ਸਾਰਾ ਟੱਬਰ ਬੋਲਦਾ ਵਾ, ਮੈਨੂੰ ਕਿਹੜਾ ਪਤਾ ਨਹੀਂ ਹੈਗਾ ਵੀ
ਦੇਖਦਾ ਮੈਨੂੰ ਸਾਰਾ ਕੁਛ ਹੀ ਦੂਰਬੀਨਾਂ ਵਾਂਗੂ ਅੱਖਾਂ ਚੱਲਦੀਆਂ ਮੇਰੇ ਸਾਹਮਣੇ ਉਹ ਤੇ ਤੁਹਾਨੂੰ ਕਿਸੇ ਨੂੰ ਨੀ ਦੇਖਦੀਆਂ ਹੈਗੀਆਂ ਦੂਰਬੀਨਾਂ ਸਜਾਈਆਂ ਵੇਖਣ ਦੇ ਕੀ ਕੰਮ ਕਰਨੀ ਤੇ ਕੀ ਨਹੀਂ ਕਰਨ ਦੀ ਆਹ ਜੋੜੇ ਤੇਰੇ ਗਾੜੀ ਹੱਥ ਆਹ ਜੋੜੇ ਤੁਹਾਡੇ ਸਾਰੇ ਟੱਬਰ ਗਾੜੀ ਹੱਥ ਕਿੱਡੀ ਛੱਡੀ ਕਹਿੰਦਾ ਹੈ ਉਹਨੇ ਰੋਟੀ ਨਹੀਂ ਖਾਣੀ ਹੈਗੀ ਚਾਹ ਹੀ ਚੜ ਗਿਆ ਵਾ ਹਾਏ ਹਾਏ ਇੱਥੇ ਮੈਂ ਆਪਣੀ ਕਿੱਟ ਰੱਖੀ ਸੀ ਪੈਸਿਆਂ ਵਾਲੀ ਤੇ ਕਿਤੇ ਦਿਸਣ ਹੀ ਨਹੀਂ ਰਹੀ ਏਦਾਂ ਕਰਦੀਆਂ ਵੀ ਸੰਦੀਪ ਨੂੰ ਮਾਰਦੀਆਂ ਆਵਾਜ਼ ਆਪੇ ਵੇਖ ਕੇ ਦਿੰਦੀ ਹੈ ਸੰਦੀਪ ਹਾਂਜੀ ਮੰਮੀ ਸੰਦੀਪ ਹਾਂਜੀ ਮੈਂ ਨਾ ਪੈਸਿਆਂ ਦੀ ਕਿੱਟ ਰੱਖੀ ਸੀ ਤੇ ਮੈਂ ਚੱਲ ਤਾਲੇ ਅੰਦਰ ਰੱਖਦੀ ਹਾਂ ਤੇ ਤੂੰ ਤੇ ਨਹੀਂ ਕਿਤੇ ਚੁੱਕੀ ਮੰਮੀ ਜੀ ਤੁਹਾਨੂੰ ਚੇਤਾ ਭੁੱਲ ਜਾਂਦਾ ਵਾ ਤੁਸੀਂ ਮੈਨੂੰ ਸੁਣਾ ਦਿੱਤਾ ਸੀ ਕਿ ਮੈਂ ਟਰੰਕ 'ਚ ਰੱਖੀ ਆ ਤੇ ਉਹਨੂੰ ਲੋਕ ਅੰਦਰ ਰੱਖਦੀ ਤੇ ਮੈਂ ਤਾਂ ਉਦੋਂ ਹੀ ਉਸੇ ਵੇਲੇ ਰਾਹ ਦਿੱਤੀ ਸੀ ਅੰਦਰ ਕਿੱਟ ਠੀਕ ਆ ਯਾਰ ਮੇਰਾ ਚੇਤਾ ਹੈ ਹੀ ਨਹੀਂਗਾ ਤੇ ਮੈਨੂੰ ਤਾਂ ਚੱਟ ਚੇਤਾ ਭੁੱਲ ਜਾਂਦਾ ਚੀਜ਼ ਰੱਖ ਕੇ ਚੱਲ ਵਧੀਆ ਕੀਤਾ ਸੀ ਸਾਂਭ ਤੇ ਲਈ ਹੋ ਆਹੋ ਕੋਈ ਨਹੀਂ ਉਹ ਬਾਰੀ 'ਚ ਉੱਥੇ ਪਈ ਆ ਚੱਲ ਠੀਕ ਆ ਤੇ ਟੈਨਸ਼ਨ ਲੈਤੀ ਰੋਟੀ ਬਣਾਉਣ ਦੀ ਆ ਮੈਂ ਤੇ ਆ ਜਾਓ ਖਾ ਲਓ ਚੱਲ ਕੋਈ ਨਹੀਂ ਖਾ ਲੈਂਦੀ ਗੱਲਾਂ ਕਰਦੀ ਕਿੱਡੀਆਂ ਵੀ ਬੋਲਣ ਲੱਗੀ ਵਹਿੰਦੀ ਨਹੀਂ ਹੈਗੀ ਆਸਾ ਪਾਸਾ ਸੰਦੀਪ ਤੂੰ ਤੇ ਆਖਣ ਡਈ ਮੰਮੀ ਰੋਟੀ ਖਾ ਲਓ ਤੇ ਤੂੰ ਰੋਟੀ ਪਕਾਉਣ ਡਈ ਆ ਤੇ ਆ ਤੂੰ ਇੰਨੀ ਗੁੱਸੇ 'ਚ ਕਿਉਂ ਡਈ ਆ ਬੁੜਬੁੜ ਕਰਨ ਮੰਮੀ ਪ੍ਰੀਤੀ ਨੇ ਸਾਰਾ ਦਿਮਾਗ ਖਰਾਬ ਕਰਕੇ ਰੱਖ ਦਿੱਤਾ ਪਹਿਲਾਂ ਮੈਂ ਜੀਤਾਂ ਵੱਲ ਗਈ ਉਹ ਆਉਂਦੀ ਮੇਰੀਆਂ ਅੱਖਾਂ ਖਰਾਬ ਆ ਮੈਨੂੰ ਤਾਂ ਭੁੱਖ ਹੀ ਨਹੀਂ ਹੈਗੀ ਤੇ ਮੈਂ ਤਾਂ ਖਾਣੀ ਨਹੀਂ ਮੈਨੂੰ ਇਹ ਵੀ ਚੱਲ ਲਾਗੋ ਇੱਕ ਅੱਧੀ ਫੜਾ ਫੜੂ ਦੇਣਗੀਆਂ ਇੱਕ ਜਾਣੇ ਨੂੰ ਜੇ ਮੈਂ ਪ੍ਰੀਤੀ ਵੱਲ ਗਈ ਤੇ ਉਹ ਕਹਿੰਦੀ ਆ ਇਹ ਜੀ ਮੇਰਾ ਤਾਂ ਗੋਟ ਹੀ ਬੜਾ ਦੁਖਣ ਡਿਆ ਤੇ ਲਾਗੋ ਵਿੱਕੀ ਨੇ ਮਜ਼ਾਕ ਨਾਲ ਕਹਿਤਾ ਇਹਦਾ ਤਾਂ ਗੁੱਟ ਦੁਖਣ ਡਿਆ ਇਹਨੇ ਨਹੀਂ ਰੋਟੀ ਖਾਣੀ ਅੱਜ ਉਹ ਪੈਂਦੀ ਲੈਂਦੀ ਮੇਰੇ ਗੱਲ ਪੈ ਗਈ ਇਹ ਤੁਸੀਂ ਹੱਸਣ ਡਏ ਜੇ ਤੁਸੀਂ ਮਜ਼ਾਕ ਕਰਦੇ ਜੇ ਕਿਸੇ ਦਾ ਦੁੱਖ ਨਹੀਂ ਸੁਣਦੇ ਤੁਸੀਂ ਤਾਂ ਆਉਂਦੇ ਆ ਇਹ ਘਰੋਂ ਨਿਕਲ ਜੇ ਪਤਾ ਨਹੀਂ ਕਿੰਨਾ ਕੁਛ ਉਹਨੇ ਮੈਨੂੰ ਬੋਲਿਆ ਵੱਧ ਘੱਟ ਮੈਂ ਸਗੋਂ ਗਈ ਹਾਂ ਵੀ ਰੋਟੀ ਖਾ ਲਓ ਉੱਠ ਕੇ ਤੇ ਉਹ ਮੇਰੇ ਹੀ ਗੱਲ ਪੈ ਗਈ ਤੂੰ ਇਹ ਸਾਡੇ ਦੋਵਾਂ ਜੀਆਂ ਦੀ ਗੱਲ 'ਚ ਕਿਉਂ ਬੋਲਣ ਡਈ ਆ ਮਜ਼ਾਕ ਤੇ ਉਹਨੂੰ ਵਿੱਕੀ ਕਰਨ ਡਿਆ ਆ ਤੇ ਉਹ ਦੁਆਲੇ ਤੇਰੇ ਹੋ ਗਈ ਆ ਮੈਨੂੰ ਤੇ ਇਹ ਨਹੀਂ ਸਮਝ ਲੱਗਣ ਡਈ ਵੀ ਇਹਨਾਂ ਦੋਵਾਂ ਨੇ ਇਕੱਠੀਆਂ ਬਿਮਾਰ ਹੋਣਾ ਵਾ ਮੈਨੂੰ ਤਾਂ ਲੱਗਦਾ ਨਖਰੇ ਕਰਨ ਡਈਆਂ ਦੋਵੇਂ ਜਾਣੀਆਂ ਤੇ ਤੂੰ ਇਹਨਾਂ ਰੋਟੀ ਕੋ ਪੁੱਛਣ ਡਈ ਆ ਜਿੰਨੂੰ ਭੁੱਖ ਲੱਗੇਗੀ ਆਪੇ ਉੱਠ ਕੇ ਖਾ ਲੈਣਗੀਆਂ ਬਾਅਦ 'ਚ ਫਿਰ ਰੱਖਣਾ ਮੈਂ ਬਿਮਾਰ ਸੀ ਤੇ ਮੈਨੂੰ ਪੁੱਛੀ ਨਹੀਂ ਰੋਟੀ ਇਹਨੇ ਆ ਕੋਈ ਨਹੀਂ ਇਹ ਬਿਮਾਰ ਮੈਨੂੰ ਤਾਂ ਲੱਗਦਾ ਸਾਰੇ ਪਖੰਡ ਕਰਨ ਡਈਆਂ ਦੋਵੇਂ ਜਾਣੀਆਂ ਜੇ ਉਹ ਹੱਸਿਆ ਜੇ ਮੈਂ ਨਾਲ ਮਾੜਾ ਜਿਹਾ ਹੱਸ ਲਿਆ ਤੇ ਉਹਨੂੰ ਅੱਗ ਹੀ ਲੱਗ ਗਈ ਇਹੋ ਜਿਹੀ ਇਹ ਹੱਸਣ ਡਏ ਆ ਤੇ ਅੱਗ ਲੱਗੀ ਰਹਿਣ ਦੇ ਹੱਸਣ ਵਾਲੀ ਗੱਲ ਤੋਂ ਹੱਸਣਾ ਹੀ ਹੁੰਦਾ ਹੋਰ ਕੀ ਆ ਪੀਤੀ ਦੀ ਨਾ ਮੈਨੂੰ ਜਾਪਦਾ ਤਬਾ ਵਿਗੜੀ ਆ ਇਹਨੂੰ ਪੁੱਛਣਾ ਪੈਣਾ ਮੈਨੂੰ ਮੈਂ ਤਾਂ ਵੇਖਣ ਡਈ ਆ ਵੀ ਬੰਨ ਕੀ ਡਿਆ ਆ ਚਲੋ ਮੰਮੀ ਤੁਸੀਂ ਬਹਿ ਜਾਓ ਮੈਂ ਤੁਹਾਨੂੰ ਰੋਟੀ ਫੜਾ ਦਾਂ ਫਿਰ ਜਦੋਂ ਤੂੰ ਇੰਨੀ ਗੱਲ ਕਹਿ ਦਿੰਦੀ ਆ ਨਾ ਨਹੀਂ ਮੰਮੀ ਉਹ ਠੀਕ ਨਹੀਂਗੀਆਂ ਹੋਣੀਆਂ ਉਹ ਤਾਂ ਇਦਾਂ ਕਰਦੀਆਂ ਤੇ ਮੈਂ ਫਿਰ ਚੁੱਪ ਕੀਤੀ ਰਹਿੰਦੀ ਆ ਮੇਰਾ ਗੁੱਸਾ ਮੈਨੂੰ ਬਹੁਤ ਚੜ੍ਹਦਾ ਇਹਨਾਂ ਦੋਵਾਂ ਦੇ ਇੱਕ ਜਣੀ ਉਧਰ ਪੈ ਜਾਂਦੀ ਇੱਕ ਜਣੀ ਉਧਰ ਪੈ ਜਾਂਦੀ ਹੈ ਤੇ ਕੰਮ ਕਿਹਨੇ ਕਰਨਾ ਹੁੰਦਾ ਆ ਚੱਲ ਆ ਰੋਟੀ ਮੈਂ ਬਹਿ ਕੇ ਖਾ ਲਾ ਕੱਲ ਮੰਮੀ ਰੋਟੀ ਹੁਣ ਆਪੇ ਉਹ ਸੋਨੂੰ ਤੇ ਵਿੱਕੀ ਆਉਂਦੇ ਆ ਨਾ ਤੇ ਉਹਨਾਂ ਨੂੰ ਫਿਰ ਮੈਂ ਲਾ ਕੇ ਖਵਾਉਣੀ ਗਰਮ ਗਰਮ ਤੂੰ ਵੀ ਖਾ ਲਾ ਆਪ ਨਹੀਂ ਮੈਂ ਫਿਰ ਮਗਰੋਂ ਹੀ ਖਾਊਂਗੀ ਤੁਸੀਂ ਖਾ ਲਓ ਮੰਮੀ ਉੱਦਾਂ ਮੈਂ ਪ੍ਰੀਤੀ ਦਾ ਇੱਕ ਹਿਸਾਬ ਲਾਇਆ ਬਿਨਾਂ ਗੱਲ ਤੋਂ ਹੀ ਅਗਲੇ ਦੇ ਗੱਲ ਪੈ ਜੂਗੀ ਕੀ ਪਤਾ ਇਹਦਾ ਦਿਮਾਗ ਹੀ ਨਹੀਂ ਫਰਕ ਮੈਨੂੰ ਤਾਂ ਇੱਦਾਂ ਦੀ ਗੱਲ ਜਾਪਦੀ ਆ ਜਦੋਂ ਕਿਤੇ ਹੱਸੀ ਜਾਊਗੀ ਤੇ ਹੱਸੀ ਜਾਊਗੀ ਤੇ ਜੇ ਸੜਦੀ ਆ ਤੇ ਸੜੀ ਜਾਊਗੀ
ਹੈਰਾਨਗੀ ਇੱਕ ਤੇ ਕੰਮ ਨੀ ਕਰਨਾ ਤੇ ਦੂਜਾ ਉਤੋਂ ਵਾਧੂ ਦਾ ਅਗਲੇ ਦੇ ਗੱਲ ਪੈਣਾ ਜਿਹੜਾ ਕਰਨ ਡਿਆ ਨਹੀਂ ਮੈਂ ਪੁੱਛ ਨਹੀਂ ਆਣਾ ਐਡਾ ਵੀ ਕੋਈ ਸ਼ਦਾਈ ਨਹੀਂ ਹੁੰਦਾ ਕਿ ਚੁੱਪ ਕੀਤਾ ਰਵੇ ਗਾੜੀਓ ਇੱਕ ਤੋਂ ਹੀ ਕੋਈ ਕੰਮ ਨਹੀਂ ਕਰਦੀਆਂ ਦੂਜਾ ਤੂੰ ਤੇ ਇੰਨਾ ਟੌਰ ਪਾਉਣ ਡੀਆਂ ਦੀ ਗੱਲ ਕੀ ਹੈ ਤੁਹਾਨੂੰ ਵੇਖੀਆਂ ਉੱਠਦੀਆਂ ਕਿ ਨਹੀਂਗੀਆਂ ਹਾਜ਼ਰੀ ਹੋਈ ਇਹਨਾਂ ਦੋਵਾਂ ਵਾਲੀ ਇੱਧਰ ਵੀ ਲਾ ਹੀ ਦਿੰਦੀ ਆ ਝਾੜੂ ਚੋਰੀ ਮੰਗਵਾ ਕੇ ਬਰਗਰ ਖਾਂਦੀ ਆ ਤੇ ਸਾਨੂੰ ਸ਼ਦਾਈ ਬਣਾਉਂਦੀ ਆ ਕੋਈ ਨੀ ਇਹਦੀ ਤੇ ਮੈਂ ਹੁਣ ਕਲਾਸ ਲਵਾਉਂਦੀ ਆ ਨਾ ਚੰਗੀ ਤਰ੍ਹਾਂ ਮੰਮੀ ਕੋਲੋਂ ਇਹਦੀ ਪੋਲ ਮੈਂ ਖੋਲਦੀ ਮੰਮੀ ਜੀ ਹਾਂ ਸੰਦੀਪ ਆ ਵੇਖ ਲਓ ਜੀ ਤੁਹਾਡੇ ਕੰਮ ਕਿਉਂ ਕੀ ਗੱਲ ਹੋਈ ਆ ਰਾਤੀ ਮੈਂ ਉਹਨੂੰ ਪੁੱਛਿਆ ਵੀ ਰੋਟੀ ਖਾ ਲਾ ਤੇ ਕਹਿੰਦੀ ਇਹ ਜੀ ਮੈਨੂੰ ਤੇ ਭੁੱਖ ਨਹੀਂ ਹੈਗੀ ਮੇਰਾ ਤੇ ਢਿੱਡ ਭਰਿਆ ਭਰਿਆ ਮੇਰਾ ਜੀ ਨਹੀਂ ਕਰਨ ਡਿਆ ਭੁੱਖ ਕਿੱਥੋਂ ਲੱਗਣੀ ਬਰਗਰ ਮੰਗਵਾ ਕੇ ਖਾਂਦੀ ਆ ਚੋਰੀ ਚੋਰੀ ਹੈ ਬਰਗਰ ਹੋਰ ਆ ਮੈਂ ਹੁਣ ਝਾੜੂ ਲਾਉਣ ਡਈ ਸੀ ਨਾ ਤੇ ਉਹਦੇ ਬੈੱਡ ਦੇ ਥੱਲਿਓਂ ਨਿਕਲਿਆ ਵਾ ਤੇ ਖਾ ਕੇ ਤੇ ਇਹਨਾਂ ਨੇ ਸੁੱਟਿਆ ਹੋਊ ਨਾ ਇਹਨਾਂ ਵੀ ਨਹੀਂ ਵੀ ਮੈਂ ਇਹਨੂੰ ਬਾਹਰ ਸੁੱਟਦਾ ਉਹ ਜਿਹੜਾ ਗੁੰਨ ਵੱਟਾ ਆ ਨਾ ਉਹਨੂੰ ਮੈਂ ਕਿਹਾ ਵੀ ਉਹਦੇ ਆਹਾ ਕੀ ਆ ਤੇ ਮੈਨੂੰ ਕਹਿੰਦਾ ਵੀ ਇਹ ਚ ਦਵਾਈ ਆ ਤੇ ਲਕਾਲਾ ਲਿਫਾਫਾ ਹੀ ਪਤਾ ਮੈਨੂੰ ਵੀ ਨਹੀਂ ਲੱਗਾ ਨਹੀਂ ਇਹਨੇ ਉਹਨੂੰ ਭਲਵਾਨ ਬਣਾਉਣਾ ਇਹ ਜਿਹੜੇ ਬਰਗਰ ਖਵਾ ਲੈਣ ਡਿਆ ਉਹਨੂੰ ਚੋਰੀ ਲਿਆ ਲਿਆ ਕਿਤੋਂ ਤੇ ਕੱਲੇ ਦੀ ਢਿੱਡ ਚ ਪਾਉਂਦਾ ਵਾ ਇਹ ਗੱਲ ਮੰਮੀ ਇਹ ਨਹੀਂ ਆ ਕਿ ਉਹਨੇ ਬਰਗਰ ਲਿਆ ਕੇ ਖਵਾ ਲਿਆ ਗੱਲ ਤੇ ਚੋਰੀ ਦੀ ਆ ਕੀ ਆਂਦੇ ਹੁੰਦੇ ਸਿਆਣੇ ਕਿ ਰੁਪਈਏ ਦੀ ਵੀ ਚੋਰੀ ਓਨੀ ਤੇ ਲੱਖ ਦੀ ਵੀ ਚੋਰੀ ਓਨੀ ਜੇ ਇਹ ਇਦਾਂ ਦੀਆਂ ਚੋਰੀਆਂ ਰੱਖਦੇ ਆ ਤੇ ਕੀ ਗੱਲ ਹੈ ਹੋਰ ਚੋਰੀਆਂ ਨਾ ਰੱਖਦੇ ਹੋਣਗੇ ਫਿਰ ਸਾਡੇ ਤੋਂ ਸੰਦੀਪ ਜੇ ਇਹਨੇ ਹੁਣੇ ਬਰਗਰ ਆ ਵੇਖ ਲਿਆ ਨਾ ਇਹ ਨਿਸ਼ਾਨੀ ਸਾਨੂੰ ਲੱਭ ਗਈ ਹੈ ਨਾ ਉਦਾਂ ਵੀ ਨਹੀਂ ਪਤਾ ਲੱਗਣਾ ਇਹ ਪਹਿਲਾਂ ਵੀ ਲਿਆ ਲਿਆ ਉਹਨੂੰ ਦਿੰਦਾ ਹੋਣਾ ਕੋਹ ਨਾ ਕੋਹ ਉਹਨੂੰ ਖਵਾਲਦਾ ਹੋਣਾ ਉਹ ਚਲਾਕ ਬੜੀ ਆ ਉਹ ਚੀਜ਼ ਫੜ ਕੇ ਤੇ ਸੁੱਟ ਦਿੰਦੀ ਹੋਣੀ ਆ ਤੇ ਸਾਨੂੰ ਨਹੀਂ ਲੱਗਦਾ ਪਤਾ ਤੇ ਕਿੱਡਾ ਉਹਨੂੰ ਭਲਵਾਨ ਲੱਗਾ ਹੀ ਉਹ ਬਣਾਉਣ ਖਵਾਲ ਖਵਾਲ ਕੇ ਤੇ ਮੈਂ ਇਹਨੂੰ ਹੁਣੇ ਪੁੱਛਦੀ ਹਾਂ ਨਾ ਭਲਾ ਚੰਗੀ ਕਲਾਸ ਇਹਦੀ ਮੈਂ ਗੁਣਵੱਟੇ ਦੀ ਲਾਉਣੀ ਆ ਵੀ ਆਹ ਕਿਹੜੇ ਕੰਮ ਕਰਨ ਡਿਆ ਤੂੰ ਜੇ ਤੂੰ ਲਿਆਉਣੇ ਹੀ ਬਰਗਰ ਤੇ ਸਾਰੇ ਵਾਸਤੇ ਲੈ ਕੇ ਆਉਂਦਾ ਚਲੋ ਗੱਲ ਸਾਰਿਆਂ ਦੀ ਵੀ ਨਹੀਂ ਆ ਜੇ ਖਵਾਲਣਾ ਹੀ ਤੇ ਦੱਸ ਦਿੰਦਾ ਕਿ ਉਹ ਮੰਗਦੀ ਆ ਤੇ ਮੈਂ ਲੈ ਆਵਾਂ ਅਸੀਂ ਕਿਹੜਾ ਮਨਾ ਕਰ ਦੇਣਾ ਸੀ
ਪਰ ਜਿਹੜਾ ਆ ਚੋਰੀ ਕਰਨ ਦਾ ਕੰਮ ਕਰਦੇ ਸਾਨੂੰ ਸ਼ਦਾਈ ਬਣਾਉਂਦੇ ਆ। ਗੁੱਸਾ ਤੇ ਇਹ ਗੱਲ ਦਾ ਆਉਂਦਾ ਕਿ ਸਾਨੂੰ ਕੋਈ ਪਤਾ ਨਹੀਂ ਲੱਗਦਾ। ਸੰਦੀਪ, ਸਾਰਿਆਂ ਦੀ ਗੱਲ ਕਿਉਂ ਨਹੀਂ ਹੁੰਦੀ? ਜਦੋਂ ਸਾਂਝਾ ਘਰ ਹੋਵੇ ਫਿਰ ਸਾਰਿਆਂ ਨੂੰ ਚੀਜ਼ ਚਾਹੀਦੀ ਇੱਕੋ ਜੀ। ਇਹ ਉਹਦੇ ਕੱਲੀ ਦੇ ਢਿੱਡ 'ਚ ਪਾਈ ਜਾਣ ਡਿਆ ਆ। ਉਹ ਐਵੇਂ ਮੰਜਾ ਮਲ ਕੇ ਪਈ ਰਹਿੰਦੀ ਆ, ਖਾ ਪੀ ਕੇ ਰੱਜ ਪੁੱਜ ਕੇ ਤੇ ਮੰਜਾ ਮਲ ਛੱਡਦੀ ਆ। ਤੇ ਰੋਟੀ ਉਹਨੇ ਕਿੱਥੋਂ ਖਾਣੀ ਆ? ਇੱਕ ਪਾਸੇ ਡਰਾਮੇ ਕਰਦੀ ਆ, ਬਿਮਾਰ ਆ, ਦੂਜੇ ਪਾਸੇ ਇਦਾਂ ਦੀਆਂ ਚੀਜ਼ਾਂ ਮੰਗਵਾ ਖਾਂਦੀ ਆ। ਤਾਂ ਹੀ ਤੇ ਮੈਂ ਤੈਨੂੰ ਕਹਿੰਦੀ ਵੀ ਕੋਈ ਬਿਮਾਰੀ ਨਹੀਂ ਇਹਨਾਂ ਨੂੰ ਵੜੀ, ਸਭ ਇਹ ਨਖਰੇ ਚੱਲਣ ਡਏ ਆ। ਪਰ ਮੈਂ ਇਹਨੂੰ ਇੱਕ ਵਾਰੀ ਬੰਦੇ ਦਾ ਪੁੱਤ ਚੰਗੀ ਤਰ੍ਹਾਂ ਬਣਾਉਂਦੀ, ਜਿਹੜਾ ਲਿਆ ਕੇ ਦਿੰਦਾ ਵਾ, ਆਕੇ ਗਾਂ ਲਿਆ ਕੇ ਦੇਵੇ ਕੋਈ ਚੀਜ਼। ਵਿਗੜ ਜਾਣਾ ਸਾਡੇ ਘਰ ਦੇ ਵਿੱਚ। ਮੈਂ ਹੁਣੇ ਪੁੱਛਦੀ ਆ, ਆ ਫੜਾ ਮੈਨੂੰ, ਇਹ ਮੈਡਮ ਹੈ ਕਿੱਥੇ ਆ? ਮੈਨੂੰ ਉਹਦਾ ਨਹੀਂ ਪਤਾ ਕਿੱਥੇ ਆ, ਅੰਦਰ ਵੜੀ ਹੋਣੀ ਆ। ਪਹਿਲਾਂ ਤੇ ਮੈਂ ਉਹਦੇ ਵੱਲ ਜਾਣੀ ਆ, ਉਹਨੂੰ ਪੁੱਛਣੀ ਆ ਨਾ, ਮੀਨੇ ਨੂੰ। ਜਾਓ ਤੁਸੀਂ, ਮੈਂ ਨਹੀਂ ਜਾਣਾ। ਵੇ ਸੋਨੂ, ਹਾਂਜੀ, ਇੱਧਰ ਆ। ਆ ਗਿਆ, ਬਸ ਥੋੜਾ ਜਿਹਾ ਗੋਹਾ ਲੈ ਕੇ ਸੁੱਟ ਗਿਆ। ਹਾਂ, ਇੱਥੇ ਕਹੀਂ ਛੱਡ ਤੇ ਇੱਧਰ ਆ, ਪਹਿਲਾਂ ਮੇਰੀ ਗੱਲ ਸੁਣ। ਕੀ ਹੋ ਗਿਆ, ਕਿਹੜਾ ਜ਼ਰੂਰੀ ਕੰਮ ਏਡਾ ਜ਼ਰੂਰੀ? ਤੈਨੂੰ ਮੈਂ ਦੱਸ ਦੇਣੀ ਆ ਨਾ ਵੀ ਕਿਹੜਾ ਜ਼ਰੂਰੀ ਕੰਮ ਵਾ, ਛੱਡ ਦੇ ਕਹੀਂ ਇੱਥੇ। ਮੈਂ ਕਿਹਾ ਕੰਮ ਕਰਨ ਨੂੰ ਜੀ ਨਹੀਂ ਕਰਦਾ, ਜੇ ਕਰਨ ਲੱਗੇ ਤੁਸੀਂ ਨਹੀਂ ਕਰਨ ਦਿੰਦੇ। ਕੰਮ ਕਰਨ ਤੇਰਾ ਜੀ ਕਿੱਥੇ ਕਰਨਾ ਵਾ? ਚੱਲ ਇੱਧਰ ਆ, ਦੱਸੋ। ਆ ਮੇਰੇ ਨਾਲ ਦੱਸ ਦੇਣੀ ਆ, ਫਿਕਰ ਕਾਹਦਾ ਕਰਦਾ ਆ? ਦੱਸ ਦੋ ਹਾਂ। ਉਹ ਮੈਡਮ ਨੂੰ ਆਵਾਜ਼ ਮਾਰ, ਉਹ ਕਿੱਥੇ ਆ? ਕੀ ਹੋ ਗਿਆ, ਇੰਨੇ ਗਰਮ ਹੋਣ ਡੇ ਜੇ? ਗਰਮ ਹੋਣਾ ਵਾ, ਇੱਧਰ ਆ, ਦੱਸਾਂ ਤੈਨੂੰ ਮੈਂ ਕੀ ਗੱਲ ਹੋਈ ਆ। ਚੱਲ ਨੀ, ਤੂੰ ਵੀ ਇੱਧਰ ਆ। ਇਤਾਂ ਗੱਲ ਸੁਣ ਨਹੀਂ ਪਾਣੀ, ਕੀ ਕਹਿਣਾ ਵਾ? ਆਇਆ, ਅੰਦਰ ਆ ਜਾ ਦੋਵੇਂ ਜਾਣੇ। ਅੰਦਰ ਪਤਾ ਨਹੀਂ ਕੀ ਰੱਖਿਆ, ਅੰਦਰ ਆ ਜਾ, ਅੰਦਰ ਆ ਜਾ ਸਾਰੇ ਜਾਣੇ। ਦੱਸੋ ਅੰਦਰ ਵੀ ਆ ਗਏ, ਦੱਸੋ ਗੱਲ ਕੀ ਆ? ਬਹਿ ਜਾਓ, ਦੱਸ ਦੇਣੀ ਆ। ਬੜਾ ਅੱਜ ਕੱਲ ਰਾਂਝਾ ਬਣਿਆ ਫਿਰਦਾ ਵਾ। ਮੰਮੀ ਵੀ ਚੱਜ ਦੀ ਗੱਲ ਕਰ ਲੋ, ਕੀ ਬੋਲੀ ਜਾਂਦੇ ਜੇ? ਚੱਜ ਦੀ ਗੱਲ ਮੈਂ ਕੀ ਕਰਾਂ, ਤੁਹਾਡੇ ਲੱਛਣ ਹੀ ਨਹੀਂ ਚੰਗੇ। ਮੈਂ ਤਾਂ ਗੱਲਾਂ ਚੰਗੀਆਂ ਹੀ ਕਰਨ ਰਹੀ ਆ। ਉਹਨੂੰ ਹੀਰ ਸਲੇਟ ਨੂੰ ਲਿਆ ਕੇ ਤੇ ਕੱਲੀ ਨੂੰ ਚੰਗਾ ਚੋਖਾ ਖਵਾਲਦਾ ਆ, ਕੀ ਗੱਲ ਉਹ ਦੂਜੀਆਂ ਮਾੜੀਆਂ ਆ? ਕੀ ਖਵਾਲਦਾ ਉਹਨੂੰ ਮੈਂ? ਬੜੀ ਸਫਾਈ ਨਾਲ ਝੂਠ ਬੋਲਦਾ ਆ। ਜਦੋਂ ਮੈਂ ਤੈਨੂੰ ਕੱਲ ਕਿਹਾ ਸੀ ਵੀ ਹਲਫਾਫੇ 'ਚ ਕੀ ਆ, ਤੇ ਤੂੰ ਮੈਨੂੰ ਕਿਹਾ ਵੀ ਦਵਾਈ ਆ। ਤੇ ਦਵਾਈ ਹੀ ਹੋਰ ਕੀ ਸੀ? ਅੱਛਾ, ਉਹ ਦਵਾਈ ਹੁਣ ਝੂਠ ਬੋਲਣ ਲੱਗ ਪਿਆ ਵਾ ਨਾ। ਦਵਾਈ ਲਿਆ, ਤੁਹਾਨੂੰ ਪਤਾ ਵੀ ਆਪਣੀ ਅੱਖਾਂ ਖਰਾਬ ਆ, ਤੇ ਦਵਾਈ ਲਿਆਉਣ ਮੈਂ ਗਿਆ ਸੀ, ਉਹ ਲਿਆ ਕੇ ਦਵਾਈ ਦਿੱਤੀ ਉਹਨੂੰ। ਅੱਛਾ, ਤੇ ਆ ਜਿਹੜੇ ਇਹਨੂੰ ਕੱਲੀ ਨੂੰ ਹੀਰ ਸਲੇਟ ਨੂੰ ਲਿਆ ਲਿਆ ਬਰਗਰ ਖਵਾਲਦਾ ਆ, ਤੈਨੂੰ ਸ਼ਰਮ ਨਹੀਂ ਆਉਂਦੀ ਇਦਾਂ ਦੇ ਕੰਮ ਕਰਦੇ ਨੂੰ? ਹੋਰ ਬੋਲਦਾ ਕਿਉਂ ਨਹੀਂ ਗਾ, ਬੋਲ। ਲੈ ਮੰਮੀ, ਫਿਰ ਕੀ ਹੋ ਗਿਆ? 30 ਰੁਪਈਆਂ ਦਾ ਬਰਗਰ ਹੀ ਆ ਜੇ ਖਵਾਲਦਾ, ਤੇ ਕਿੱਧਰ ਦੀ ਆਖਰ ਆ ਗਈ? ਗੱਲ 30 ਰੁਪਈਆਂ ਦੀ ਨਹੀਂ ਗੀ ਹੁੰਦੀ, ਗੱਲ ਹੁੰਦੀ ਆ ਸਾਂਝੇ ਪਰਿਵਾਰ ਦੀ। ਤੈਨੂੰ ਕੱਲੀ ਨੂੰ ਚੰਗਾ ਚੋਖਾ ਚਾਹੀਦਾ ਤੇ ਬਾਕੀਆਂ ਨੂੰ ਨਹੀਂ ਚਾਹੀਦਾ? ਮੰਮੀ, ਤੁਹਾਨੂੰ ਵੀ ਚੰਗਾ ਭਲਾ ਪਤਾ ਵਾ ਵੀ ਉਹ ਬਿਮਾਰ ਸੀ, 30 ਰੁਪਈਏ ਮੇਰੇ ਕੋਲ ਵਧੇ ਦਵਾਈ ਚੋਂ, ਉਹਦਾ ਮੈਂ ਬਰਗਰ ਲਿਆ ਖਵਾਤਾ, ਕੀ ਮਾੜਾ ਕਰਤਾ? ਤੇ ਬੜੀ ਜਾਨ ਔਖੀ ਸੀ, 30 ਰੁਪਈਏ ਤੇ ਨਾ ਲਿਆਉਂਦਾ, ਤੇ ਜੇ ਲਿਆਉਣੀ ਤੇ ਫਿਰ ਸਾਰੀਆਂ ਵਾਸਤੇ ਲਿਆਉਂਦਾ, ਉਹ ਵੀ ਦੋਵੇਂ ਖਾ ਲੈਂਦੀਆਂ। ਉਹਨਾਂ ਵਾਸਤੇ ਕਿੱਦਾਂ ਲਿਆਉਂਦਾ? ਮੈਂ ਕਿੰਨੀ ਵਾਰ ਦੱਸਿਆ ਵਾ ਵੀ 30 ਰੁਪਈਏ ਸੀ, 30 ਰੁਪਈਆਂ ਵਾਲੀ ਸਾਰੀ ਰੇਹੜੀ ਤੋਂ ਨਾਲ ਹੀ ਜਾਣੀ, ਇੱਕ ਬਰਗਰ ਹੋਣਾ ਸੀ, ਉਹ ਲਿਆਂਦਾ ਮੈਂ। ਮੰਮੀ, 30 ਦਾ ਬਰਗਰ ਕੀ ਮੈਂ ਖਾ ਲਿਆ? ਤੁਸੀਂ ਤੇ ਸਾਰੀ ਪੰਚਾਇਤ ਇਕੱਠੀ ਕਰ ਲਈ ਆ, ਫਿਰ ਕੀ ਹੋ ਗਿਆ ਜੇ ਖਾ ਲਿਆ? ਤਾਂ ਕੈਸ਼ੀਅਰ ਤਾਂ ਤੁਸੀਂ ਹੀ ਉਹ ਕਰਦੇ, ਜਾਣ ਕੇ ਗਿਣ ਮਿਣ ਕੇ ਪੈਸੇ ਦਿੰਦੇ ਆ, ਤੇ ਫਿਰ ਆਂਦੇ ਆ ਵੀ ਉਹਨਾਂ ਲਈ ਬਰਗਰ ਨਹੀਂ ਲਿਆਂਦਾ, ਤੇ ਲਿਆਉਣ ਕੀ ਸਵਾ? ਜੇ ਇੰਨਾ ਹੀ ਕੈਸ਼ ਦਾ ਸਾੜਾ ਵਾ ਨਾ, ਤੇ ਕੈਸ਼ ਆਪਣਾ ਆਪਣੇ ਕੋਲ ਰੱਖੋ, ਮੀਨੇ ਮੇਰੇ ਹੱਥੇ ਨਾ ਹੋਰ ਰੱਖਿਓ ਲਿਆ ਕੇ, ਠੀਕ ਆ ਨਾ? ਤੇ ਜੇ ਤੁਹਾਨੂੰ ਨਹੀਂ ਨਾ ਵਾਰਾ ਖਾਂਦਾ, ਤੇ ਆਪੋ ਆਪਣਾ ਬੋਰੀ ਬਿਸਤਰਾ ਜਿਹੜਾ ਵਾ ਨਾ, ਉਹ ਇਕੱਠਾ ਕਰ ਲਓ,
ਆਪੋ ਆਪਣੀਆਂ ਪਕਾਓ ਤੇ ਖਾਓ ਤੇ ਆਪੋ ਆਪਣੇ ਖਰਚੇ ਕਰੋ। ਜੀ ਕਰੇ ਤੇ ਕੋਈ ਆਪਣਾ ਸਾਂਭ ਲੈ ਤੇ ਜੀ ਕਰੇ ਤੇ ਆਪਣਾ ਕੋਈ ਖਾ ਲੇ। ਮੰਮੀ ਕਿੱਧਰ ਦੀ ਗੱਲ ਤੁਸੀਂ ਕਿੱਧਰ ਨੂੰ ਲਈ ਜਾਣ ਰਹੇ ਜੇ? ਇੱਕ ਤੀਆਂ ਦੇ ਬਰਗਰ ਪਿੱਛੇ ਕਿਹੜੀਆਂ ਗੱਲਾਂ ਤੁਸੀਂ ਕਰੀ ਜਾਣ ਰਹੇ ਜੇ? ਉਹਨੂੰ ਗੱਲ ਤੀਆਂ ਦੇ ਬਰਗਰ ਦੀ ਨਹੀਂ ਆ, ਗੱਲ ਤੇ ਇਹ ਆ ਵੀ ਜਿਹੜਾ ਤੁਸੀਂ ਚੋਰੀਆਂ ਰੱਖਣ ਡਏ ਜੇ, ਜੇ ਅੱਜ ਤੁਸੀਂ ਇਹ ਚੋਰੀ ਰੱਖੀ ਆ, ਕੱਲ ਨੂੰ ਤੁਸੀਂ ਸਾਡੇ ਤੋਂ ਕੋਈ ਵੱਡੀ ਚੋਰੀ ਰੱਖੋਗੇ। ਸਾਡੇ ਘਰ ਦੇ ਵਿੱਚ ਆਹ ਕੰਮ ਨਾ ਤੇ ਚੱਲਣੇ ਆ ਤੇ ਨਾ ਚੱਲਣ ਦੇਣੇ ਆ। ਤੇ ਮੈਂ ਕਿਹੜਾ ਚੋਰੀ ਨੂੰ ਸੋਨੇ ਦਾ ਹਾਰ ਕੱਢ ਲਿਆ, ਇੱਕ ਬਰਗਰ ਹੀ ਨਗੂਣੀ ਖਾ ਲਿਆ, ਫਿਰ ਕੀ ਹੋ ਗਿਆ? ਹਾਰ ਹੀ ਨਾ, ਤੂੰ ਇੱਕ ਬਰਗਰ ਖਾ ਲਿਆ, ਆਹ ਕੱਲ ਨੂੰ ਕਹੂਗੀ ਨਾ ਮੈਂ ਇੱਕ ਸੂਟ ਸਵਾ ਲੈਣੀ ਸੋਨਾ ਜਿਹਾ ਲੈ ਕੇ ਚੋਰੀ, ਮੈਂ ਕਹੂੰਗੀ ਕਿ ਮੈਨੂੰ ਕੋਈ ਉੱਥੋਂ ਹੋਰ ਚੀਜ਼ ਲਿਆ ਦੋ ਸੋਨੇ ਦੀ ਬਣਾ ਕੇ, ਹੁਣ ਇੱਥੇ ਫਿਰ ਕੰਮ ਕਰਨ ਲੱਗਣੀ ਆ। ਖਾਣ ਵਾਲੀ ਚੀਜ਼ ਦਾ ਦੀਦੀ ਉਹਦਾ ਕਦੀ ਗਾਜ ਨਹੀਂ ਕਰਨਾ ਚਾਹੀਦਾ, ਚੋਰੀ ਕਰਨ ਦੀ ਕੀ ਮਾਤਾ ਤੇ ਕੋਈ ਨੂੰ ਹੀਰਾ ਚੋਰੀ ਕਰ ਲਿਆ ਆਪਾਂ ਯਾਰ? ਹਾਏ ਹਾਏ ਕੀਤਾ ਕਿਉਂ ਨੀ ਵੇ, ਅੱਗੋ ਪਿੱਛੋਂ ਕੀਤਾ, ਤੂੰ ਕੀ ਖਵਾਲਦਾ ਉਹਨੂੰ ਤੇ ਕੀ ਨਹੀਂ ਖਵਾਲਦਾ? ਆਦ ਮੈਂ ਚੋਰੀ ਫੜ ਲਈ ਆ, ਤੇਰੀ ਤਾਂ ਮੈਨੂੰ ਪਤਾ ਲੱਗ ਗਿਆ, ਉਹਦਾ ਕਿਤੋਂ ਪਤਾ ਲੱਗਣਾ ਸੀ? ਜਦੋਂ ਘਰ ਦੇ ਵਿੱਚ ਇੱਕੋ ਗੱਲ ਹੁੰਦੀ ਆ ਕਿ ਹਰ ਇੱਕ ਕੰਮ ਸਲਾਹ ਨਾਲ ਜੋ ਵੀ ਚੀਜ਼ ਆਉਣੀ ਸਾਰਿਆਂ ਲਈ ਇੱਕੋ ਬਰਾਬਰ ਆਉਣੀ ਚਾਹੀਦੀ ਆ, ਫਿਰ ਤੁਸੀਂ ਇਦਾਂ ਦੀਆਂ ਨਿੱਕੀ ਨਿੱਕੀਆਂ ਵੀ ਭਾਵੇਂ ਖਾਣ ਦੀ ਗੱਲ ਵਾ ਪਰ ਇਦਾਂ ਚੰਗੇ ਥੋੜੀ ਲੱਗੀਦਾ। ਸਾਂਝਾ ਪਰਿਵਾਰ ਉਹਨੂੰ ਆਉਂਦੇ ਆ ਜਿਹੜਾ ਸਾਂਝੇ ਪਰਿਵਾਰ ਦੇ ਵਿੱਚ ਇੱਕੋ ਜੀ ਚੀਜ਼ ਸਾਰਿਆਂ ਲਈ ਹੋਵੇ। ਭਾਬੀ ਤੇਰਾ ਫਰਜ਼ ਤੂੰ ਵੱਡੀ ਆ, ਤੂੰ ਸਮਝਾਉਣਾ ਵਾ ਮਾਤਾ ਨੂੰ ਤੇ ਤੂੰ ਉਹਦੇ ਨਾਲ ਲਾ ਕੇ ਸਾਡੇ ਦੁਆਲੇ ਹੋ ਜਾਂਦੀ ਆ। ਜੇ ਰਹੀ ਗੱਲ ਸਮਝਾਉਣ ਦੀ ਸਮਝਾਈਏ ਤੇ ਉਹਨੂੰ ਨਾ ਜੇ ਕਿਸੇ ਨੇ ਸਮਝਣਾ ਹੋਵੇ ਜਿਹੜੀ ਗੱਲ ਮੈਂ ਤੇ ਮੰਮੀ ਸਮਝਾਉਣ ਡਈ ਆ ਵਾ ਉਹਦੇ ਉੱਤੇ ਤੇ ਕੋਈ ਆਉਂਦਾ ਨਹੀਂ, ਸਾਰੇ ਜਣੇ ਇੱਕੋ ਗੱਲ ਲਈ ਜਾਣ ਡਏ ਆ, ਅਸੀਂ ਖਾ ਲਿਆ ਬਰਗਰ, ਖਾ ਲਿਆ ਬਰਗਰ ਤੀਆਂ ਦਾ ਤੇ ਕੀ ਹੋ ਗਿਆ? ਗੱਲ ਤੀਆਂ ਦੇ ਬਰਗਰ ਖਾਣ ਦੀ ਥੋੜੀ ਆ, ਗੱਲ ਤੇ ਦਿਮਾਗ 'ਚ ਪਾਉਣ ਦੀ ਆ। ਗਾੜੀ ਤੇ ਤੁਸੀਂ ਤਿੰਨੇ ਮਿੱਟੀ ਦੇ ਮਦ ਹੋ ਜੇ, ਜਿਨ੍ਹਾਂ ਨੂੰ ਗੱਲ ਹੀ ਨਹੀਂ ਸਮਝ ਲੱਗਣ ਦੀ। ਹਾਂ ਲੜਦੇ ਲੜਦੇ ਬੜੇ ਸੋਹਣੇ ਲੱਗਣ ਡੇ ਜੇ, ਤੁਸੀਂ ਕੀ ਦੱਸੋਗੇ ਆਂਢ ਗਵਾਂਢ ਨੂੰ ਕਿ ਤੀਆਂ ਦਾ ਬਰਗਰ ਲੈਣ ਦਾ ਚੋਰੀ ਉਹਨੇ ਤੇ ਤਾਂ ਹੀ ਲਾਂਦੇ ਆ? ਇੱਕੋ ਗੱਲ ਖੜੀ ਆ, ਗੱਲ ਜਿਹੜੀ ਅਸੀਂ ਕਰਦੇ ਆ ਨਾ ਉਹ ਗੱਲ ਵੱਲ ਥੋੜੀ ਆਉਣਾ ਵਾ, ਪੁੱਠੇ ਬੰਨੇ ਨਹੀਂ ਜਾਣਾ ਵਾ। ਉਹ ਬਸ ਕਰੋ ਬਾਬਾ, ਕੀ ਇੱਕ ਬਰਗਰ ਖਾ ਲਿਆ ਜੀ ਉਹਦਾ ਦਿਮਗਾਉਣਾ ਤੇ ਉਹਦੇ ਨਾਲ ਮੇਰੀ ਜਾਨ ਖਾਧੀ ਹੈ ਤੁਸੀਂ, ਇਹਨਾਂ ਨੂੰ ਚੰਗਾ ਮੈਨੂੰ ਜ਼ਹਿਰ ਦੀ ਪੁੜੀ ਲਿਆ ਦਿੰਦੇ, ਮੈਂ ਖਾ ਕੇ ਇਹਨਾਂ ਦੇ ਗਲੋਂ ਲੱਥ ਜਾਂਦੀ। ਜਿਹੜੀ ਚੀਜ਼ ਖਾਣੀ ਹੁੰਦੀ ਸਾਹਮਣੇ ਖਾਇਆ ਕਰੋ, ਚੋਰੀ ਅੰਦਰ ਵੜ ਵੜ ਖਾਣ ਦਾ ਕੋਈ ਮਤਲਬ ਨਹੀਂ ਹੈਗਾ, ਸਾਨੂੰ ਸ਼ਦੈਣਾ ਬਣਾਉਂਦੀਆਂ ਜੇ। ਜੇ ਅੱਜ ਮੈਂ ਤੁਹਾਨੂੰ ਨਾ ਨਾ ਟੱਕਾ ਇਹਨਾਂ ਕੰਮਾਂ ਤੋਂ ਤੇ ਤੁਸੀਂ ਤਾਂ ਫਿਰ ਵੱਧਦੇ ਹੀ ਜਾਓਗੇ। ਵੇਖਿਆ ਕਿੱਦਾਂ ਚਵੜ ਚਵੜ ਉਹਨੇ ਕੀਤਾ ਆ, ਮੈਨੂੰ ਇਹ ਨਹੀਂ ਮੈਦ ਵੀ ਤੇਰੇ ਸਾਹਮਣੇ ਮੇਰੀ ਇੰਨੀ ਬੇਇੱਜ਼ਤੀ ਕਰੇਗੀ, ਨਾਲੇ ਖਾਈ ਪੀ ਵੀ ਚੰਗਾ ਚੋਖਾ ਜਾਣਾ ਤੇ ਨਾਲੇ ਫੇਰ ਉੱਤੋਂ ਦੀ ਵਗੀ ਜਾਣਾ। ਗੱਲ ਹੀ ਕੀਤੀ ਉਹਨੇ ਬੇਇੱਜ਼ਤੀ ਵਾਲੀ, ਤੇ ਗੱਲ ਉਹ ਚ ਹੈ ਨਹੀਂ ਕੋਈ। ਆਹੋ ਤੂੰ ਤੇ ਉਹਦੀ ਸਿਆਣੀ ਲੈਣੀ ਆ, ਤੂੰ ਕਿਤੇ ਇਹ ਥੋੜੀ ਕਹਿਣਾ ਮੈਂ ਵੀ ਮਾਂ ਗੱਲ ਆ ਸਹੀ ਕਹਿਣ ਡਈ ਆ, ਮੈਂ ਕਰਦੀ ਆ ਤੁਹਾਨੂੰ ਅੱਡ, ਮੇਰੇ ਵੱਲੋਂ ਜੋ ਮਰਜ਼ੀ ਕਰੋ, ਚੰਗਾ ਚੋਖਾ ਖਾਵੋ ਨਾ ਖਾਵੋ ਠੀਕ ਆ ਨਾ। ਤੈਨੂੰ ਤਾਂ ਪੈ ਜੂ ਕੇ ਚੋਰੀਆਂ ਕਰਦੀ, ਤੈਨੂੰ ਲਿਆ ਲਿਆ ਦੇਈ ਜਾਇਆ ਕਰੀ ਚੰਗਾ। ਮੰਮੀ ਤੁਸੀਂ ਕਿਉਂ ਇੰਨੀ ਗੱਲ ਨੂੰ ਹਵਾ ਦੇਣ ਡੇ ਜੇ, ਅਸੀਂ ਗਾੜੀ ਦੀਆਂ ਚੋਰੀਆਂ ਕਰਦੀ ਆ ਰਹੇ ਤੇ ਪੈ ਜੂਗੀ ਕੀ ਇਹ ਜੇ ਮੜ ਦੇ ਵਿਚਾਰੇ ਨੇ ਆਪਣੀ ਨਾਲੀ ਦੇ ਸ਼ੌਂਕ ਹੀ ਪੂਰਾ ਕਰ ਦਿੱਤਾ ਤੇ ਤੂੰ ਚੁੱਪ ਕਰਕੇ ਬਹਿ ਜਾ, ਅੱਜ ਉਹਨੇ ਸ਼ੌਂਕ ਪੂਰਾ ਕੀਤਾ, ਕੱਲ ਨੂੰ ਤੂੰ ਸ਼ੌਂਕ ਪੂਰਾ ਕਰਾਉਣ ਡੈ ਪੈਂਗੀ। ਚੱਲ ਮੰਮੀ ਫਿਰ ਕੀ ਜੇ ਮਾੜਾ ਮੋਟੇ ਦੇ ਬੰਦੇ ਦਾ ਜੀ ਕਰਦੇ, ਤੁਸੀਂ ਤੇ ਆਂਦੇ ਆ ਕਿ ਬਸ ਜਿੱਦਾਂ ਮੈਂ ਆਂਦੀ ਇਹ ਆਂਦੇ ਵੀ ਰੋਜ਼ ਦਾਲ ਹੀ ਖਾਈ ਜਾਈਏ ਅਸੀਂ ਸਾਰੇ ਜਣੇ। ਆਹੋ ਬਹੁਤ ਤੂੰ ਦਾਲ ਖਾਣਾ, ਤੂੰ ਕੱਲਾ ਦਾਲ ਖਾਣਾ, ਸਾਰਾ ਟੱਬਰ ਜੋ ਖਾਵੇ ਉਹ ਖਾਈਦਾ ਆ, ਕਿੱਡੇ ਪਖੰਡ ਕਰਦੇ ਆ ਮਾਂ ਕਜੇ। ਮੈਂ ਇਹ ਕੰਮ ਨਹੀਂ ਕਿ ਚੱਲਣ ਦੇਣੇ ਘਰ ਦੇ ਵਿੱਚ, ਜੋ ਮੈਂ ਆਖਾਂਗੀ ਉਹ ਹੀ ਹੋਊਗਾ। ਆਈ ਆ ਮਾਂ ਕਜੇ, ਹੋਰ ਲੱਗੀ ਆ ਲਾਗੋ ਤੀਲੀ ਲਾਉਣ, ਕਿੱਡਾ ਪਖੰਡ ਫੜਿਆ ਵਾ ਇਹਨਾਂ ਨੇ। ਆ ਬਣੀ ਹੁਣ ਗੱਲ ਜੀਤਾਂ ਨੇ ਤੇ
ਵੱਟ ਕੱਢ ਕੇ ਗੁੰਝਲਾਂ ਹੀ ਪਾ ਦਿੱਤੀਆਂ। ਹੁਣ ਮਜ਼ਾ ਆਊਗਾ। ਅਤੇ ਨਾਲੇ ਮੰਮੀ ਨੇ ਆਪਣੇ ਮੂੰਹ ਹੀ ਕਹਿ ਦਿੱਤਾ ਕਿ ਵੱਖ ਹੋ ਜਾਓ, ਚੰਗਾ ਸਪੋਰਟ ਆ, ਮਜ਼ੇ ਨਾਲ ਆਪਣੀ ਮਰਜ਼ੀਆਂ 'ਤੇ ਕੰਮ ਸੇ ਕੰਮ ਕਰਾਂਗੇ। ਇਹ ਤਾਂ ਮਾਂ ਜਿੱਥੇ ਨਾ ਘੁੱਟ ਘੁੱਟ ਕੇ ਜੀਣ ਵਾਲਾ ਹਿਸਾਬ ਹੋ ਜਾਣਾ ਵਾ, ਇਹ ਨਹੀਂ ਆਪਣੀ ਮਰਜ਼ੀ ਕਰ ਦਿੰਦੀ ਕਿਤੇ ਵੀ ਮੰਮੀ। ਹੁਣ ਤਾਂ ਨਾ ਮੈਂ ਤਾਂ ਸੋਹਣੇ ਸੋਹਣੇ ਸੂਟ ਬਣਾਇਆ ਕਰਦੇ ਹਾਂ, ਜੁੱਤੀਆਂ ਵੀ ਸੂਟਾਂ ਨਾਲ ਦੀਆਂ ਲਿਆ ਕਰਨੀਆਂ ਅਤੇ ਨੇਲ ਪੇਂਟ ਵੀ ਮੈਚਿੰਗ ਮੈਚਿੰਗ ਹੋਊਗਾ। ਹੁਣ ਤਾਂ ਨਾ ਬਸ ਮੰਮੀ ਛੇਤੀ ਛੇਤੀ ਇਹਨੂੰ ਵੱਖ ਕਰ ਦੇਣਾ, ਫਿਰ ਹੀ ਮਜ਼ਾ ਆਉਣਾ ਵਾ। ਸਾਰਾ ਕਸੂਰ ਹੀ ਤੇਰਾ ਵਾ, ਜੋ ਤਾਂ ਮੈਂ ਕੱਲ੍ਹ ਵੱਢ ਕੇ ਗਿਆ ਸੀ, ਜੇ ਕਾਗਜ਼ ਸਾਂਭ ਲਈ, ਜਦੋਂ ਐਡਾ ਬਰਗਰ ਖਾ ਸਕਦੀ ਹਾਂ, ਇੰਨਾ ਕਾਗਜ਼ ਵੀ ਖਾ ਹੀ ਜਾਂਦੀ ਹੈ ਨਾਲ ਹੀ। ਅਤੇ ਤੁਹਾਡੇ ਸਾਹਮਣੇ ਥੱਲੇ ਰੱਖਿਆ ਸੀ, ਮੈਂ ਤਾਂ ਕਿਹਾ ਸੀ ਸਾਂਭ ਲਾ ਕੇ, ਹੁਣ ਮੈਨੂੰ ਕੀ ਪਤਾ ਵੀ ਦੀਦੀ ਨੇ ਉੱਤੇ ਆ ਜਾਣਾ ਝਾੜੂ ਲਾਉਣ, ਉਹ ਮੈਂ ਜੇ ਬਾਹਰ ਹੀ ਗਈ ਹਾਂ ਬਾਥਰੂਮ 'ਚ ਅਤੇ ਉਹ ਝਾੜੂ ਲਾਉਣ ਆ ਗਏ ਨੇ, ਅਤੇ ਵੇਖ ਲਾ ਐਡੀ ਦੀਦੀ ਕਿਤੇ ਚਲਾ ਗਈ, ਉਹ ਇਹ ਨਹੀਂ ਵੀ ਇੱਕ ਕਾਗਜ਼ ਜਿਹਾ ਲਿਖਾ ਕੇ ਰੱਖ ਲਾ, ਮੰਮੀ ਨੂੰ ਦੱਸਣ ਗਏ ਗਾਂਹ ਜਾ ਕੇ। ਉਹ ਤੇਰੀ ਨਿੱਕੀ ਜਿਹੀ ਗਲਤੀ ਨਾਲ ਮੈਨੂੰ ਤਾਂ ਫਸਾਤਾ ਨਾ, ਕਰਦੀ ਨਹੀਂ ਦੀ ਬਰਗਰ ਬਰਗਰ 24 ਘੰਟੇ ਨਾ ਪੈ ਗਿਆ ਸਿਆਪਾ ਬਰਗਰ ਕਰਕੇ। ਹੁਣ ਸਿਆਪਾ ਕਾਹਦਾ ਪੈ ਗਿਆ, ਤੁਹਾਡੀ ਮਾਂ ਨੇ ਮੈਨੂੰ 32-32 ਗੱਲਾਂ ਸੁਣਾਈਆਂ ਵਾ ਇੱਕ ਬਰਗਰ ਪਿੱਛੇ, ਅੰਤਰ ਬਰਗਰ ਨਾ ਹੋਇਆ ਪਤਾ ਨਹੀਂ ਕੀ ਖਾ ਲਿਆ ਮੈਂ ਕਿਤੇ। ਮੈਨੂੰ ਵੀ ਨਾਲ ਸੁਣੀਆਂ ਪਈਆਂ ਨਾ, ਦੇਖਾਂ ਮੈਂ ਸਾਰੇ ਟੱਬਰ ਵਿੱਚ ਝੂਠਾ ਪਿਆ ਵਾਂ ਵੀ ਝੂਠ ਬੋਲਿਆ ਇਹਨੇ। ਮੈਨੂੰ ਨਹੀਂ ਪਤਾ, ਹੁਣ ਮੈਂ ਨਹੀਂ ਇਕੱਠੇ ਟੱਬਰ 'ਚ ਰਹਿ ਸਕਦੀ, ਮੈਂ ਅੱਡ ਹੋਣਾ ਵਾਂ। ਤੇਰਾ ਦਿਮਾਗ ਖਰਾਬ ਆ, ਅੱਡ ਹੋਣਾ ਮੈਂ, ਇਹ ਅੱਡ ਹੋਣਾ ਤਾਂ ਹੋਣਾ ਬਸ, ਮੈਂ ਨਹੀਂ ਇੱਦਾਂ ਰਹਿਣਾ, ਨਹੀਂ ਇੰਨੀਆਂ ਗੱਲਾਂ ਸੁਣਾਈਆਂ ਵਾਂ, ਮੈਂ ਇੰਨੀਆਂ ਗੱਲਾਂ ਸੁਣ ਕੇ ਮੈਂ ਕਿੱਦਾਂ ਇਕੱਠੀ ਰਹਿ ਲਾ। ਮੈਂ ਵੀ ਸੁਣੀਆਂ ਤੇਰੇ ਨਾਲ ਹੀ, ਤੂੰ ਇਕੱਲੀ ਨੇ ਨਹੀਂ ਸੁਣੀਆਂ ਹੈਗੀਆਂ। ਤੇ ਤੁਸੀਂ ਵੀ ਹੋ ਜਾਓ ਅੱਡ, ਮੈਂ ਇਕੱਲੀ ਨੇ ਤਾਂ ਨਹੀਂ ਹੋਣਾ, ਤੁਸੀਂ ਵੀ ਨਾਲ ਹੀ ਹੋਣਾ ਵਾ। ਇੱਦਾਂ ਨਹੀਂ ਅੱਡ ਹੋਇਆ ਜਾਂਦਾ ਸਾਂਝੇ ਘਰਾਂ 'ਚ, ਚੰਗਾ ਤਾਂ ਹੋਰ ਕਿੱਦਾਂ ਹੋਣਾ ਵਾ, ਹੋਰ ਡਾਂਗਾ ਚੁੱਕਣੀਆਂ ਵਾ ਫਿਰ ਅੱਡ ਹੋਣਾ ਵਾ। ਮੈਨੂੰ ਨਹੀਂ ਪਤਾ ਮੇਰੀ ਭੁੱਖ ਹੜਤਾਲ ਜੇ, ਇਹੋ ਜਿਹੀ ਗੱਲ, ਮੈਂ ਨਹੀਂ ਜੇ ਅੱਜ ਤੋਂ ਬਾਅਦ ਤੇਰੀ ਤੂੰ ਭੁੱਖ ਹੜਤਾਲ ਕਰਨੀ ਹੈ। ਮੈਂ ਰੋਟੀ ਨਹੀਂ ਖਾਣੀ ਅੱਜ ਤੋਂ ਬਾਅਦ, ਰੋਟੀ ਨਹੀਂ ਖਾਣੀ, ਨਾ ਖਾਣੀ ਖਾਣੀ ਰੋਟੀ ਨਹੀਂ ਖਾਣੀ, ਮੈਂ ਇੱਦਾਂ ਹੀ ਮਰੂੰਗੀ, ਮੈਨੂੰ ਨਹੀਂ ਪਤਾ ਮੈਂ ਅੱਡ ਹੋਣਾ ਤੇ ਹੋਣਾ ਬਸ। ਡੱਬ ਖੰਡ ਫੜਿਆ ਵਾ, ਅੱਡ ਹੋਣਾ ਵਾ, ਅੱਡ ਹੋਣਾ ਵਾ, ਇੱਕੋ ਗੱਲ ਹੀ ਆ ਤੇਰੀ, ਇਸੇ ਗੱਲ ਦੇ ਨਾ ਕਿ ਸਿਆਪਾ ਪਾਇਆ ਵਾ। ਕਹਿਤਾ ਤੁਹਾਡੀ ਮਾਂ ਨੇ ਵੀ ਅੱਡ ਹੋ ਜਾਓ, ਮੈਂ ਨਹੀਂ ਕਹਿੰਦੀ, ਉਹਨੇ ਆਪ ਹੀ ਕਿਹਾ ਵਾ। ਉਹਨਾਂ ਨੇ ਗੁੱਸੇ 'ਚ ਕਿਹਾ ਵਾ, ਨਿਆਣੇ ਨਹੀਂ ਹੈਗੇ ਉਹ, ਸਾਨੂੰ ਸੁਣਾ ਕੇ ਕਿਹਾ ਉਹਨਾਂ ਨੇ ਜਾਣ ਬੁੱਝ ਕੇ ਅੱਡ ਹੋਣਾ ਵਾ। ਉਹ ਕਦੇ ਵੀ ਨਹੀਂ ਸਾਨੂੰ ਅੱਡ ਹੋਣ ਦੇਣਾ ਚਾਹੁੰਦੇ, ਸਾਰਾ ਟੱਬਰ ਉਹਨਾਂ ਸਾਂਭ ਕੇ ਰੱਖਿਆ ਇੰਨੇ ਚਿਰ ਦਾ, ਹੁਣ ਦੇਣਗੇ ਸਾਨੂੰ ਅੱਡ, ਨਾਲੇ ਕੀ ਪ੍ਰੋਬਲਮ ਦੇ ਸਾਂਝੇ ਘਰ ਦੇ ਵਿੱਚ। ਇਹੋ ਪ੍ਰੋਬਲਮ ਆ ਜਿਹੜੀਆਂ ਉਹਨਾਂ ਨੇ ਨਿੱਕੀ ਨਿੱਕੀ ਗੱਲ ਨੂੰ ਤਾਂ ਚੁੱਕਦੇ ਆ, ਕੀ ਗੱਲ ਆ? ਮੈਂ ਗਲਤੀ ਸਾਡੀ, ਮੈਂ ਚੋਰੀ ਲੈ ਕੇ ਆਇਆ, ਸਾਡੀ ਗਲਤੀ ਆ, ਸਾਨੂੰ ਮੰਨਣੀ ਪੈਣੀ ਹੈ ਇਹ ਗਲਤੀ। ਤੇ ਆਪਣੀ ਘਰ ਦੀ ਵਾਸਤੇ ਕੁਛ ਲਿਆਂਦਾ ਤੇ ਫਿਰ ਕੀ ਹੋ ਗਿਆ ਜੇ ਚੋਰੀ ਰਹਿੰਦਾ ਤੇ? ਠੀਕ ਆ, ਮੇਰੀ ਗਲਤੀ ਮੈਂ ਆਖਣ ਦੱਡਿਆ ਵਾ, ਤੂੰ ਵੀ ਇਹ ਗੱਲ ਨੂੰ ਮੰਨ ਵੀ ਸਾਡੀ ਗਲਤੀ ਆ, ਸਾਨੂੰ ਨਹੀਂ ਚੋਰੀ ਕਰਨੀ ਚਾਹੀਦੀ, ਜੇ ਲਿਆਉਣਾ ਸਾਰਿਆਂ ਵਾਸਤੇ ਇਕੱਠਾ ਲੈ ਕੇ ਆਉਣਾ ਚਾਹੀਦਾ, ਉਹ ਵੀ ਖਾਂਦੀਆਂ ਅਸੀਂ ਵੀ ਖਾਂਦੇ। ਤੇ ਜੇ ਹੋ ਹੀ ਗਈ ਗਲਤੀ ਤੇ ਫਿਰ ਇੰਨੀ ਗੱਲ ਨੂੰ ਚੁੱਕਣ ਦੀ ਕੀ ਲੋੜ ਆ? ਆਪਣੇ ਘਰ 'ਚ ਗੱਲ ਹੋਈ ਆ ਨਾ, ਕਿਤੇ ਬਾਹਰ ਤਾਂ ਨਹੀਂ ਕਿਸੇ ਨਾਲ ਗੱਲ ਕੀਤੀ, ਸਾਨੂੰ ਸਮਝਾਇਆ ਜੇ ਬਹਿ ਕੇ ਉਹਨਾਂ ਨੇ? ਇੱਦਾਂ ਸਮਝਾਈਦਾ ਵਾ, ਉੱਧਰ ਮੇਰੇ ਦੀਦੀ 'ਤੇ ਗੁੱਸਾ ਚੜ੍ਹਨ ਡਿਆ ਵਾ, ਇੱਕ ਇੰਨੀ ਕੁ ਗੱਲ ਨਹੀਂ ਲੁਕਾ ਸਕੇ, ਕਿੱਡੀ ਛੇਤੀ ਜਾ ਕੇ ਤੇ ਮੰਮੀ ਨੂੰ ਲੁੱਤੀ ਲਾਈ ਆ। ਕਿਹਦੇ ਨੇ ਲੁੱਤੀ ਲਾਈ? ਕੁਛ ਨਹੀਂ ਹੋ ਗਿਆ, ਚੰਗਾ ਨਿੱਕੀਆਂ ਮੋਟੀਆਂ ਗੱਲਾਂ ਘਰਾਂ 'ਚ ਹੁੰਦੀਆਂ ਰਹਿੰਦੀਆਂ ਵਾ। ਮੇਰੇ ਵਾਸਤੇ ਨਹੀਂ ਨਿੱਕੀ ਗੱਲ ਹੈਗੀ? ਨਹੀਂ ਨਿੱਕੀ ਗੱਲ ਹੈਗੀ ਨਾ ਤੇਰੇ ਵਾਸਤੇ, ਤੇ ਬੈਠੀ ਰਹਿ ਫਿਰ, ਬੈਠੀ ਤੇ ਮੈਂ ਰਹਿਣਾ ਹੀ ਆ ਇਹ ਘਰ 'ਚ, ਤੇ ਕੀ ਇਕੱਲਾ ਬੰਦਾ ਚੀਜ਼ ਕੋਈ ਖਾ ਨਹੀਂ ਸਕਦਾ, ਜੇ ਆਏ ਤਾਂ ਸਾਰਿਆਂ ਲਈ ਆਏ, ਨਹੀਂ ਤਾਂ ਨਾ ਆਏ, ਨਾ ਕੋਈ ਦਏ, ਸਾਰਿਆਂ ਨੂੰ ਚੀਜ਼ ਲਿਆ ਕੇ ਤੇ ਬੰਦਾ ਬੈਠਾ ਰਹੇ ਚੁੱਪ ਕਰਕੇ।